ਤੁਸੀਂ ਸਾਰੇ ਜਾਣਦੇ ਹੋ ਕਿ ਇੰਡੀਆ ਅਲਾਇੰਸ ਹੋਇਆ ਅਤੇ ਉਸ ਤੋਂ ਬਾਅਦ ਜਿਹੜੀ ਪਹਿਲੀ ਚੋਣ ਹੈ ਉਹ ਚੰਡੀਗੜ੍ਹ ਦੇ ਵਿੱਚ ਲੜੀ ਗਈ ਹੈ। ਚੰਡੀਗੜ੍ਹ 'ਚ ਜਿਹੜਾ ਟ੍ਰੇਲਰ ਉਹ ਦੇਖ ਚੁੱਕੀ ਹੈ ਭਾਜਪਾ, ਜਿੱਥੇ ਭਾਜਪਾ ਵਰਸਿਸ ਮੋਦੀ ਵਰਸਿਸ ਇੰਡੀਆ ਹੋ ਰਿਹਾ, ਉੱਥੇ ਲੋਕ ਜਿਹੜਾ ਇੰਡੀਆ ਅਲਾਇੰਸ ਨੂੰ ਚੁਣ ਰਹੇ ਨੇ। ਸੋ ਇਸ ਗੱਲ ਤੋਂ ਜਿਹੜੀ ਭਾਜਪਾ ਪਾਰਟੀ ਹੈ ਇਹ ਘਬਰਾਈ ਹੈ ਕਿ ਅਤੇ ਜਿਹੜਾ ਇੱਥੇ ਲੋਕਤੰਤਰ ਦਾ ਘਾਣ ਤੁਸੀਂ ਚੰਡੀਗੜ੍ਹ ਦੀਆਂ ਚੋਣਾਂ 'ਚ ਦੇਖਿਆ ਉਹ ਲੋਕਾਂ ਸਾਹਮਣੇ ਜੱਗ ਜਾ ਰਿਹਾ ਕਿ ਇਹ ਕਿਸ ਹੱਦ ਤੱਕ ਇੱਕ ਯੂਟੀ ਦੇ ਵਿੱਚ ਆਪਣੇ ਆਪ ਨੂੰ ਜਿਤਾਉਣ ਦੇ ਲਈ ਕੀ ਕੀ ਕਰ ਸਕਦੇ ਆ। ਅਤੇ ਪਿਛਲੇ ਦਿਨੀ ਦੌਰਾਨ ਇਹ ਥੋੜ੍ਹੇ ਖੁਸ਼ ਸੀ ਕਿ ਸ਼ਾਇਦ ਇੰਡੀਆ ਅਲਾਇੰਸ ਆਮ ਆਦਮੀ ਪਾਰਟੀ ਨਾਲ ਕੋਈ ਜ਼ਿਆਦਾ ਅਲਾਇੰਸ ਜਿਹੜਾ ਸ਼ੀਟ ਸ਼ੇਅਰਿੰਗ ਦਾ ਕੰਮ ਜਿਹੜਾ ਇੰਨਾ ਨਹੀਂ ਹੋ ਰਿਹਾ, ਨਹੀਂ ਕਰਨਗੇ, ਇਹ ਠੀਕ ਸੀਗੇ। ਪਰ ਪਿਛਲੇ ਦਿਨੀ ਜਿਹੜੀਆਂ ਮੀਟਿੰਗਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਬਹੁਤ ਸਾਰੇ ਰਾਜਾਂ ਦੇ ਵਿੱਚ ਆਮ ਆਦਮੀ ਪਾਰਟੀ ਸ਼ੀਟ ਸ਼ੇਅਰਿੰਗ ਦੇ ਉੱਤੇ ਇਲੈਕਸ਼ਨ ਲੜ ਰਹੀ ਹੈ, ਤਾਂ ਇਹਨਾਂ ਨੂੰ ਬੜੀ ਘਬਰਾਹਟ ਹੋਈ ਭਾਜਪਾ ਨੂੰ, ਮੋਦੀ ਸਾਹਿਬ ਨੂੰ। ਸਾਡੇ ਦਿੱਲੀ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹਨਾਂ ਨੂੰ ਫੋਨ ਆ ਰਹੇ ਨੇ ਕਿ ਇੰਡੀਆ ਅਲਾਇੰਸ 'ਚੋਂ ਬਾਹਰ ਹੋ ਜਾਓ, ਅਸੀਂ ਅਰਵਿੰਦ ਕੇਜਰੀਵਾਲ ਜੀ ਉੱਪਰ ਜਿਹੜਾ ਕੇਸ ਹੈ ਉਹ ਨਹੀਂ ਬਣਾਵਾਂਗੇ। ਲਗਾਤਾਰ 1000 ਤੋਂ ਉੱਪਰ ਰੇਡ ਮਾਰੀ ਹੈ ਝੂਠੇ ਲੀਕਰ ਕੇਸ ਦੇ ਵਿੱਚ, ਜਿਹਦੇ 'ਚ ਇਹਨਾਂ ਨੂੰ ਥਿਆਨੀ ਨਹੀਂ ਮਿਲੀ, ਕੱਖ ਨਹੀਂ ਮਿਲਿਆ। ਸਿਰਫ ਮਨੀਸ਼ ਸਿਸੋਦੀਆ ਵਰਗੇ ਰੈਵੋਲੂਸ਼ਨਰੀ ਪੋਲੀਟੀਸ਼ੀਅਨ ਨੂੰ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ 'ਚ ਪੂਰੀ ਦੁਨੀਆ 'ਚ ਨਾਮ ਬਣਾਇਆ, ਜੇਲ੍ਹ 'ਚ ਪਾਇਆ ਇੱਕ ਝੂਠੇ ਕੇਸ 'ਚ, ਜਿਹਦੇ 'ਚ ਕੱਢਣ ਪਾਉਣ ਨੂੰ ਕੱਖ ਵੀ ਨਹੀਂ, ਕੋਈ ਸਬੂਤ ਨਹੀਂ, ਸਿਰਫ ਇਸ ਲਈ ਕਿ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਕਰਨੇ ਨੇ, ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਸੰਦ ਕਰ ਰਹੇ ਨੇ। ਅਤੇ ਇਹਨਾਂ ਨੂੰ ਇਹ ਚੀਜ਼ ਦਾ ਪਤਾ ਹੈ ਕਿ ਜਿੱਥੇ ਜਿੱਥੇ ਸੀਟਾਂ ਦੀ ਸ਼ੇਅਰਿੰਗ ਹੁੰਦੀ ਹੈ ਅਰਵਿੰਦ ਕੇਜਰੀਵਾਲ ਜੀ ਜਾ ਕੇ ਪ੍ਰਚਾਰ ਕਰਦੇ ਨੇ, ਉੱਥੇ ਭਾਜਪਾ ਨੂੰ ਵੋਟ ਨਹੀਂ ਪੈਣੀ। ਜਿੱਥੇ ਵੀ ਅਰਵਿੰਦ ਕੇਜਰੀਵਾਲ ਜੀ ਜਾਣਗੇ, ਚੋਣਾਂ ਦਾ ਪ੍ਰਚਾਰ ਕਰਨਗੇ, ਭਾਜਪਾ ਦੀ ਵੋਟ ਉੱਥੇ ਖਤਮ ਹੁੰਦੀ ਹੈ। ਅਤੇ ਇਹਨਾਂ ਵੱਲੋਂ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਅਸੀਂ ਗ੍ਰਿਫਤਾਰ ਨਹੀਂ ਕਰਾਂਗੇ, ਹੁਣ CBI ਭੇਜਣ ਦੀ ਤਿਆਰੀ ਹੈ, ED ਵਾਲਾ ਜਿਹੜਾ ਕਿਤੇ ਨਾ ਕਿਤੇ ਕੋਰਟ ਨੇ ਉੱਥੇ ਅਟਕਾਇਆ ਹੋਇਆ ਕੰਮ, ਕਿ ਅਸੀਂ ਸਿੱਧੇ ਫੋਨ ਆ ਰਹੇ ਨੇ ਕਿ ਨਹੀਂ ਅਸੀਂ ਆਉਣ ਵਾਲੇ ਇੱਕ ਦੋ ਦਿਨਾਂ 'ਚ ਗ੍ਰਿਫਤਾਰੀ ਦੀ ਤਿਆਰੀ 'ਚ ਹਾਂ, ਜੇ ਤੁਸੀਂ ਇੰਡੀਆ ਅਲਾਇੰਸ 'ਚੋਂ ਬਾਹਰ ਹੁੰਦੇ ਹੋ ਤਾਂ ਅਸੀਂ ਜਿਹੜੀ ਗ੍ਰਿਫਤਾਰੀ ਨਹੀਂ ਕਰਾਂਗੇ, ਕੇਸ ਵਾਪਸ ਕਰ ਲਵਾਂਗੇ। ਸੋ ਇਹ ਜਿਹੜਾ ਗਿੱਦੜ ਧਮਕੀਆਂ ਤੁਸੀਂ ਅਰਵਿੰਦ ਕੇਜਰੀਵਾਲ ਜੀ ਵਰਗੇ ਇਮਾਨਦਾਰ ਲੀਡਰ ਨੂੰ ਦੇ ਰਹੇ ਹੋ, ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ, ਨਾ ਡਰੇ ਸੀ ਨਾ ਡਰਨਗੇ। ਲੋਕਾਂ ਦੀ ਬਣਾਈ ਹੋਈ ਸਰਕਾਰ ਹੈ, ਆਮ ਆਦਮੀ ਪਾਰਟੀ ਹੈ, ਹਮੇਸ਼ਾ ਡਟ ਕੇ ਖੜ੍ਹੇ ਹਾਂ। ਨਾ ਅਸੀਂ ਕਿਸੇ ਏਜੰਸੀ ਤੋਂ ਡਰਦੇ ਹਾਂ, ਨਾ ਅਸੀਂ ਮੋਦੀ ਸਰਕਾਰ ਤੋਂ ਡਰਦੇ ਹਾਂ, ਡਟ ਕੇ ਖੜ੍ਹੇ ਹਾਂ। ਅਤੇ ਤੁਸੀਂ ਜਿੰਨਾ ਮਰਜ਼ੀ ਧਮਕਾ ਲਓ, ਆਮ ਆਦਮੀ ਪਾਰਟੀ ਇੰਡੀਆ ਅਲਾਇੰਸ ਦੇ ਨਾਲ ਬਹੁਤ ਸਾਰੇ ਰਾਜਾਂ ਵਿੱਚ ਸੀਟਾਂ ਸ਼ੇਅਰ ਕਰਕੇ ਚੋਣ ਲੜੇਗੀ। ਅਤੇ ਜਿਸ ਤਰੀਕੇ ਤੁਸੀਂ ਚੰਡੀਗੜ੍ਹ ਦੇ ਵਿੱਚ ਟ੍ਰੇਲਰ ਦੇਖ ਕੇ ਡਰੇ ਹੋ, ਇਹ ਤਾਂ ਹਾਲੇ ਇੱਕ ਟ੍ਰੇਲਰ ਸੀ, ਅੱਗੇ ਲੋਕ ਜਿੱਥੇ ਵੀ ਭਾਜਪਾ ਵਰਸਿਸ ਇੰਡੀਆ ਹੁੰਦਾ ਲੋਕ ਇੰਡੀਆ ਨੂੰ ਚੁਣਨਗੇ। ਲੋਕ ਮਾੜੀਆਂ ਸਰਕਾਰਾਂ ਤੋਂ ਅੱਕੇ ਹੋਏ ਨੇ, ਤਾਨਾਸ਼ਾਹ ਤੋਂ ਗੁੰਡਾਗਰਦੀ ਤੋਂ ਅੱਕੇ ਹੋਏ ਨੇ। ਟਾਈਮ ਆ ਗਿਆ ਪੂਰੇ ਦੇਸ਼ ਲਈ ਕਿ ਇੱਕ ਚੰਗੀ ਸਰਕਾਰ, ਲੋਕਾਂ ਦੀ ਸਰਕਾਰ ਜਿਹੜੀ ਡਿਵੈਲਪਮੈਂਟ ਦੇ ਮੁੱਦੇ ਉੱਤੇ ਕੰਮ ਕਰੇ ਉਹਨਾਂ ਨੂੰ ਚੁਣਿਆ ਜਾਵੇ। ਅਤੇ ਜਿਸ ਤਰੀਕੇ ਇਹ ਧਮਕਾ ਰਹੇ ਨੇ ਬਹੁਤ ਨਿੰਦਣਯੋਗ ਹੈ।
ਬਹੁਤ ਜ਼ਿਆਦਾ ਲੋਕਤੰਤਰ ਦੇ ਵਿੱਚ ਇੱਕ ਸ਼ਰਮਨਾਕ ਗੱਲ ਹੈ ਕਿ ਤੁਸੀਂ ਕਿਸੇ ਪੋਲੀਟੀਸ਼ੀਅਨ ਨੂੰ ਇਸ ਤਰੀਕੇ ਜਿਹੜਾ ਗ੍ਰਿਫਤਾਰੀਆਂ ਇਮਾਨਦਾਰ ਲੀਡਰਾਂ ਦੀਆਂ ਈਡੀ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਕਰ ਰਹੇ ਹੋ, ਅਸੀਂ ਇਹਦੀ ਨਿਖੇਧੀ ਕਰਦੇ ਹਾਂ ਅਤੇ ਅਸੀਂ ਇਹ ਕਲੀਅਰ ਕੱਟ ਕਰ ਦੇਣਾ ਚਾਹੁੰਦੇ ਹਾਂ ਕਿ ਅਰਵਿੰਦ ਕੇਜਰੀਵਾਲ ਜੀ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ। ਉਹ ਡਟ ਕੇ ਇਹਨਾਂ ਨੂੰ ਡਰ ਇਹੀ ਹੈ ਵੀ ਗ੍ਰਿਫਤਾਰ ਕਰੋ, ਕਿਉਂਕਿ ਜਿੱਥੇ ਵੀ ਜਾ ਕੇ ਉਹਨਾਂ ਨੇ ਪ੍ਰਚਾਰ ਕਰਨਾ ਹੈ ਭਾਜਪਾ ਦੀ ਵੋਟ ਖਤਮ ਹੋਣੀ ਹੈ।